ਹੈਲੋ ਡੀਅਰ ਸਟੂਡੈਂਟਸ ਅੱਜ ਅਸੀਂ ਇਕਾਂਗੀ ਸੁਹਾਗ ਦਾ ਪੰਨਾ ਨੰਬਰ 11 12 ਅਤੇ 13 ਰੀਡ ਕਰਾਂਗੇ ਪਹਿਲਾਂ ਅਸੀਂ ਪੜ ਚੁੱਕੇ ਹਾਂ ਕਿ ਹੁਸ਼ਿਆਰ ਚੰਦ ਤੇ ਕੋਰਾ ਜਦ ਆਪਸ ਵਿੱਚ ਮੇਲੋ ਦੇ ਵਿਆਹ ਦੇ ਬਾਰੇ ਗੱਲਬਾਤ ਕਰਦੇ ਹਨ ਤਾਂ ਮੇਲੋ ਨੂੰ ਪੰਡਤਾਣੀ ਨੂੰ ਬੁਲਾਉਣ ਲਈ ਭੇਜ ਦਿੰਦੇ ਹਨ ਤੇ ਉਸਦੀ ਛੋਟੀ ਪੈਨ ਲਾਜੋ ਮੇਲੋ ਦੀ ਫੁਲਕਾਰੀ ਕੱਢਣੀ ਸ਼ੁਰੂ ਕਰ ਦਿੰਦੀ ਹੈ ਤੇ ਆਪਣੀਆਂ ਗੁੱਡੀਆਂ ਦੇ ਪਟੋਲੇ ਬਣਾਉਣ ਦੀ ਗੱਲ ਕਰਦੀ ਹੈ ਹੁਣ ਅਸੀਂ ਪੇਜ ਨੰਬਰ 11 ਰੀਡ ਕਰਾਂਗੇ ਲਾਜੋ ਮੇਰੀਆਂ ਗੁੱਡੀਆਂ ਨੂੰ ਗਾਲਾਂ ਨਾ ਕੱਢ ਪਲਾ ਬਾਹਰੋਂ ਦਰਵਾਜ਼ਾ ਖੜਕਣ ਦੀ ਆਵਾਜ਼ ਆਉਂਦੀ ਹੈ ਆਵਾਜ਼ ਸਤੇਸ ਤੋਂ ਪਰੇ ਬੇਬੇ ਜੀ ਬਾਜੀ ਕੋਰਾ ਲਾਜੋ ਵੇਖ ਕਾ ਕੌਣ ਏ ਨੈਣ ਜਾਪਦੀ ਏ ਲਾਜੋ ਦਰਵਾਜੇ ਕੋਲ ਜਾਂਦੀ ਹੈ ਤੇ ਨੈ ਨੂੰ ਚਾਦਰ ਤੋਂ ਫੜੀ ਲਈ ਆਉਂਦੀ ਹੈ ਲਾਜੋ ਮਾਂ ਇਹ ਉਹ ਯੂ ਜਿਹੜੀ ਅੱਗੇ ਵੀ ਇੱਕ ਵਾਰ ਵਾਰੀ ਆਈ ਸੀ ਕੋਰਾ ਆ ਰਾਣੀ ਬੜੇ ਚਿਰਾਂ ਪਿੱਛੋਂ ਆਈ ਹੈ ਕੀ ਗੱਲ ਏ ਹੁਣ ਬੇਟਾ ਲਾਜੋ ਨੂੰ ਜਦੋਂ ਦਰਵਾਜ਼ਾ ਖੜਕਣ ਦੀ ਆਵਾਜ਼ ਆਉਂਦੀ ਹੈ ਤੇ ਉਸਦੀ ਮਾਂ ਉਸ ਨੂੰ ਵੇਖਣ ਲਈ ਕਹਿੰਦੀ ਹੈ ਤਾਂ ਉਹ ਵੇਖਦੀ ਹੈ ਕਿ ਉਹਨਾਂ ਦੇ ਘਰ ਨੈਣ ਆਉਂਦੀ ਹੈ ਤੇ ਉਹ ਆਪਣੀ ਮਾਂ ਨੂੰ ਦੱਸਦੀ ਹੈ ਕਿ ਇਹ ਉਹ ਹੀ ਹੈ ਜਿਹੜੀ ਪਹਿਲਾਂ ਵੀ ਇੱਕ ਵਾਰ ਸਾਡੇ ਘਰ ਆਈ ਸੀ ਕੋਰਾ ਉਸ ਨੂੰ ਕਹਿੰਦੀ ਹੈ ਰਾਣੀ ਰਾਣੀ ਤੋਂ ਭਾਗ ਨੈਣ ਕਿ ਤੂੰ ਬੜੇ ਚਿਰਾਂ ਪਿੱਛੋਂ ਆਈ ਏ ਤੇ ਕੀ ਗੱਲ ਹੈ ਨੈਣ ਭਲਾਂ ਬੇਬੇ ਜਿਨ੍ਹਾਂ ਦਾ ਰੋਜ਼ ਦਿੱਤਾ ਖਾਣਾ ਹੋਇਆ ਉਹਨਾਂ ਦੇ ਨਹੀਂ ਹੋਣਾ ਤਾਂ ਫੇਰ ਜਾਣਾ ਕਿੰਨਾਂ ਦੇ ਹੋਇਆ ਏ ਪਿੱਛੇ ਜਿਹੇ ਮੈਂ ਭਗਤਾਂ ਦੇ ਸੋਰੇ ਗਈ ਸੀ ਹੁਣ ਬੇਟਾ ਪਾ ਅੰਡਰਲਾਈਨ ਕਰੋ ਭਗਤਾਂ ਦੇ ਸੋਰੇ ਭਗਤਾਂ ਪਿੰਡ ਦੀ ਕਿਸੇ ਕੁੜੀ ਦਾ ਨਾਂ ਹੈ ਨੈਣ ਕੋਰਾ ਨੂੰ ਕਹਿੰਦੀ ਹੈ ਕਿ ਬੇਬੇ ਜਿਨ੍ਹਾਂ ਦਾ ਰੋਜ ਦਿੱਤਾ ਖਾਣਾ ਹੋਇਆ ਉਹਨਾਂ ਦੇ ਘਰ ਨਹੀਂ ਹੋਣਾ ਤਾਂ ਹੁਣ ਪਿੱਛੇ ਜੇ ਮੈਂ ਭਗਤਾਂ ਦੇ ਸੋਰੇ ਗਈ ਹੋਈ ਸੀ ਕੋਰਾ ਜਮੀਨ ਉੱਤੇ ਬੈਠ ਜਾਂਦੀ ਹੈ ਤੇ ਬਾਜੀ ਦਿੰਦੀ ਹੈ ਹੈ ਉੰਜੇ ਕਿਉਂ ਬੈਣਾ ਸੀ ਪੀੜੀ ਦਾ ਸਿਰ ਤੇ ਨਹੀਂ ਦੁਖਦਾ ਇਹਦੇ ਉੱਤੇ ਬਾਜੀ ਵੱਲ ਇਸ਼ਾਰ ਇਸ਼ਾਰਾ ਕਰਕੇ ਕਿੰਨਾ ਦਿਓ ਆਈਏ ਨੈਣ ਬੇਬੇ ਮੁੰਡਾ ਹੋਇਆ ਇਹ ਨਾ ਭਗਤਾਂ ਦੇ ਇਹ ਪਿੱਛੇ ਜਿਹੇ ਰੀਤਾਂ ਚੜੀਆਂ ਸੀ ਨਾ ਉਹਦੀ ਮਾਂ ਨੇ ਇਸ ਗੱਲ ਦੀ ਬੜੀ ਖੁਸ਼ੀ ਕੀਤੀ ਏ ਬਾਜੀ ਵੰਡੀਏ ਗੋਣ ਬਹਾਇਆ ਏ ਤੁਹਾਨੂੰ ਵੀ ਨਾਲੇ ਸਦਾ ਜੀ ਹੁਣ ਬੇਟਾ ਪੁੰਜੇ ਤੋਂ ਭਾਵ ហេਠਾ ਹੁਣ ਜਦੋਂ ਉਹ ਨੈਣ ਬਾਜੀ ਦੇਣ ਲਈ ਜ਼ਮੀਨ ਤੇ ហេਠਾ ਬੈਠ ਜਾਂਦੀ ਹੈ ਤਾਂ ਕੋਰਾ ਉਸ ਨੂੰ ਪੀੜੀ ਤੇ ਬੈਠਣ ਲਈ ਕਹਿੰਦੀ ਹੈ ਤੇ ਪੁੱਛਦੀ ਹੈ ਕਿ ਬਾਜੀ ਕਿੱਥੋਂ ਆਈ ਹੈ ਤਾਂ ਨੈਣ ਉਸਦੀ ਦਸਦੀ ਹੈ ਕਿ ਪਿੱਛੇ ਜੇ ਭਗਤਾਂ ਦੇ ਸੋਹਰੇ ਗਈ ਸਾਂ ਹੁਣ ਭਗਤਾਂ ਦੇ ਮੁੰਡਾ ਹੋਇਆ ਹੈ ਤੇ ਉਸਦੀ ਮਾਂ ਨੇ ਇਸ ਲਈ ਖੁਸ਼ੀ ਦੇ ਲਈ ਬਾਜੀ ਵੰਡੀ ਹੈ ਨਾਲੇ ਗੌਣ ਬਹਾਇਆ ਹੈ ਤੇ ਮੈਂ ਤੁਹਾਨੂੰ ਵੀ ਸੱਦਾ ਦੇਣ ਆਈ ਹਾਂ ਕੋਰਾ ਕਿਉਂ ਨਾ ਖੁਸ਼ੀਆਂ ਕਰੇ ਪਲੇਠੀ ਦਾ ਦੋਤਰਾ ਹੋਇਆ ਏ ਪਲੇਠੀ ਅੰਡਰਲਾਈਨ ਕਰੋ ਬੇਟਾ ਪਲੇਠੀ ਦਾ ਅਰਥ ਹੈ ਜੇਠਾ ਘਰ ਵਿੱਚ ਪਹਿਲਾਂ ਜੰਮਿਆ ਧੀ ਜਾਂ ਪੁੱਤ ਉਸ ਨੂੰ ਜੇਠਾ ਕਿਹਾ ਜਾਂਦਾ ਹੈ ਪਲੇਠੀ ਕਿਹਾ ਜਾਂਦਾ ਹੈ ਦੋਹਤਰਾ ਕਿਹਨੂੰ ਕਹਿੰਦੇ ਬੇਟੇ ਧੀ ਦਾ ਮੁੰਡਾ ਬੜੇ ਭਾਗਾ ਵਾਲੀਏ ਸੋ ਹੁਣ ਭਗਤਾ ਵੀ ਮੁੰਡੇ ਦੀ ਮਾਂ ਬਣ ਗਈ ਏ ਇੱਕ ਨਿੱਕਾ ਜਾਂ ਬੇਮਲੂਮਾ ਹੋਕਾ ਲੈ ਕੇ ਵੇਖ ਸਾਡੀ ਮੇਲੋ ਦੀ ਹਾਨਣ ਨੇ ਹੁਣ ਕੋਰਾ ਤੇ ਨੈਣ ਆਪਸ ਵਿੱਚ ਗੱਲਾਂ ਕਰਦੀਆਂ ਨੇ ਕਿ ਖੁਸ਼ੀ ਕਿਉਂ ਨਾ ਕਰੇ ਦੋਤਰਾ ਹੋਇਆ ਏ ਬੜੀ ਭਾਗਾ ਵਾਲੀ ਏ ਹੁਣ ਤਾਂ ਭਗਤਾ ਵੀ ਮੁੰਡੇ ਦੀ ਮਾਂ ਬਣ ਗਈ ਏ ਤੇ ਉਸਦੀ ਮੇਲੋ ਦੀ ਹਾਨਣ ਸੀ ਹਾਨਣ ਤੋਂ ਭਾਵ ਕਿ ਉਹਦੀ ਮੇਲੋ ਦੀ ਹਮ ਉਮਰ ਸੀ ਉਹਦੇ ਜਿੰਨੀ ਉਮਰ ਸੀ ਤੇ ਉਹ ਹੁਣ ਮਾਂ ਬਣ ਗਈ ਏ ਤੇ ਸਾਡੀ ਮੇਲੋ ਦਾ ਜੇ ਰਿਸ਼ਤਾ ਵੀ ਨਹੀਂ ਹੋਇਆ ਨੈਨ ਤੇ ਬੇਬੇ ਤੁਸੀਂ ਮੈਲੋਂ ਦਾ ਵਿਆਹ ਕਿਉਂ ਨਹੀਂ ਕਰਦੇ ਸੁਖਨਾਲ ਉਹਦੇ ਨਾ ਅੱਜ ਨੂੰ ਅਣਿਆਣਾ ਹੁੰਦਾ ਉਹਨੂੰ ਨੈਨ ਉਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਵੀ ਆਪਣੀ ਧੀ ਦਾ ਰਿਸ਼ਤਾ ਕਰੋ ਸੁਖਨਾਲ ਨਹੀਂ ਤਾਂ ਜੇ ਉਸਦਾ ਵਿਆਹ ਹੋਇਆ ਹੁੰਦਾ ਤਾਂ ਅੱਜ ਨੂੰ ਉਸਤੇ ਵੀ ਕਰ ਨਿਆਣਾ ਹੁੰਦਾ ਕੋਰਾ ਅਸੀਂ ਤਾਂ ਬੜੀਆਂ ਮੁੱਦਤਾਂ ਦੇ ਢੂੰਡ ਤਲਾਸ਼ ਵਿੱਚ ਲੱਗੇ ਹੋਏ ਸਾਂ ਪਰ ਮੁੰਡਾ ਮਿਲਦਾ ਹੀ ਨਹੀਂ ਸੀ ਹੁਣ ਮੈਲੋਂ ਦੇ ਭਾਈਏ ਨੇ ਬੜਾ ਸੋਧ-ਸੋਧ ਕੇ ਮੁੰਡਾ ਲੱਭ ਲਿਆ ਏ ਜੰਡਪੁਰੇ ਕਹਿੰਦੀ ਕਿ ਅਸੀਂ ਤਾਂ ਕੁੜੀ ਦੀ ਵਿਆਹ ਲਈ ਮੁੰਡਾ ਲੱਭਣ ਲਈ ਕਾਫੀ ਸਮੇਂ ਤੋਂ ਮੁੱਦ ਦਾ ਮੀਸ ਕਾਫੀ ਵਰਿਆਂ ਤੋਂ ਲੱਗੇ ਹੋਏ ਸਾਂ ਢੂੰਡ ਤਲਾਸ਼ ਵਿੱਚ ਲੱਗੇ ਹੋਏ ਸਾਂ ਪਰ ਮੁੰਡਾ ਮਿਲਦਾ ਨਹੀਂ ਸੀ ਹੁਣ ਕਹਿੰਦੀ ਮੇਲੋ ਦੇ ਭਾਈਏ ਨੇ ਬੜੀ ਹੀ ਜਾਂਚ ਪੜਤਾਲ ਕਰਕੇ ਮੁੰਡਾ ਲੱਭਿਆ ਏ ਜੰਡਪੁਰੇ ਦਾ ਜੰਡਪੁਰੇ ਪਿੰਡ ਦਾ ਨਾਂ ਹੈ ਨੈਨ ਇਹ ਉਹ ਜੰਡਪੂਰਾ ਤਾਂ ਨਹੀਂ ਜਿਹੜਾ ਮੇਰੇ ਪੇਕੇ ਪਿੰਡ ਦੇ ਕੋਲ ਏ ਕੋਰਾ ਇਹ ਤਾਂ ਮੈਨੂੰ ਪਤਾ ਨਹੀਂ ਪਰ ਸੁਣਿਆ ਏ ਭਈ ਇੱਧਰ ਕਰਕੇ 19 ਵਿਹ ਕੋਹਾਂ ਤੇ ਏ 19 ਵਿਹ ਕੋਹਾਂ ਤੇ ਅੰਡਰਲਾਈਨ ਕਰੋ ਭਾਵਕੇ ਲੱਗ ਗਈ ਏ ਕੋਲ ਹੀ ਏ ਨੈਨ ਹਾਂ ਹਾਂ ਠੀਕ ਏ ਆ ਗਿਆ ਏ ਮੈਨੂੰ ਯਾਦ ਹੈ ਉੱਥੇ ਇੱਕ ਚੰਗਾਕਾਰ ਕੋਰਾ ਦੱਸ ਫੇਰ ਉੱਥੋਂ ਦੀ ਕੁਝ ਗੱਲਬਾਤ ਹੁਣ ਜਦੋਂ ਕੋਰਾ ਨੈਨ ਦੇ ਨਾਲ ਜੰਡਪੁਰ ਦੀ ਗੱਲ ਕਰਦੀ ਹੈ ਤਾਂ ਉਹ ਉਸ ਨੂੰ ਕਹਿੰਦੀ ਹੈ ਕਿ ਜੰਡਪੁਰਾ ਤੇ ਮੇਰੇ ਪੇਕੇ ਪਿੰਡ ਦੇ ਕੋਲ ਹੈ ਠੀਕ ਹੈ ਤਾਂ ਫਿਰ ਉਹ ਕੋਰਾ ਉਸ ਨੂੰ ਉੱਥੋਂ ਦੀ ਕੁਝ ਗੱਲਬਾਤ ਪੁੱਛਣਾ ਚਾਹੁੰਦੀ ਹੈ ਨੌ ਪੇਜ ਨੰਬਰ 12 ਨਨ ਮੈਨੂੰ ਪੱਕੀ ਤਾ ਕੁਝ ਯਾਦ ਨਹੀਂ ਕਿਉਂ ਜੋ ਮੈਨੂੰ ਉੱਥੇ ਗਿਆ ਬੜਾ ਚਿਰ ਹੋ ਗਿਆ ਏ ਪਰ ਸੁਣਨ ਵਿੱਚ ਬਥੇਰੀਆਂ ਆਈਆਂ ਨੇ ਕਹਿੰਦੇ ਨੇ ਬੜੇ ਰੱਜੇ ਹੋਏ ਨੇ ਆਪੂ ਉਹ ਪੈਨਸ਼ਨ ਪਾਉਂਦਾ ਏ ਆਪੂ ਅੰਡਰਲਾਈਨ ਕਰੋ ਆਪ ਹੁਣ ਮੈਂ ਨੈਨ ਕੋਰਾਂ ਨੂੰ ਕਹਿੰਦੀ ਹਾਂ ਕਿ ਉਸ ਨੂੰ ਜੰਡ ਪਰੇ ਗਏ ਤਾਂ ਬਹੁਤ ਦੇਰ ਹੋ ਗਈ ਹੈ ਬਹੁਤ ਸਮਾਂ ਹੋ ਗਿਆ ਹੈ ਪਰ ਕਹਿੰਦੇ ਨੇ ਕਿ ਜਿਹਾ ਘਰ ਹੈ ਜੋ ਕਿ ਬਹੁਤ ਵਧੀਆ ਹੈ ਤੇ ਮੁੰਡਾ ਆਪ ਪਿੰਸ਼ਨ ਪਿੰਸ਼ਨ ਪੈਨਸ਼ਨ ਪੋਂਦਾ ਏ ਕਿ ਪੈਨਸ਼ਨ ਲਿੰਦਾ ਏ ਉਹ ਕੋਰਾ ਪੈਨਸ਼ਨ ਪੋਂਦਾ ਏ ਪਰ ਉਹਦੀ ਉਮਰ ਕਿੱਡੀ ਕੋ ਏ ਕਿਉਂਕਿ ਹੁਣ ਜਿਹੜਾ ਪੈਨਸ਼ਨ ਲਿੰਦਾ ਏ ਉਮਰ ਤਾਂ ਉਹਦੀ ਵਡੇਰੀ ਹੀ ਹੋਵੇਗੀ ਨਾ ਨੈਣ ਠੀਕ ਤਾਂ ਪਤਾ ਨਹੀਂ ਕਹਿੰਦੇ ਨੇ ਪੁੱਤਰਾਂ ਧੀਆਂ ਵਾਲਾ ਏ ਮੇਲੋ ਦੇ ਪਾਈਏ ਵੀ ਇਹ ਗੱਲ ਤਾਂ ਮੈਨੂੰ ਦੱਸੀ ਸੀ ਡਰਨੇ ਆ ਭਈ ਲੋਕੀ ਕੀ ਕਹਿਣਗੇ ਰਾਣੀ ਤਦ ਵੀ ਉਮਰ ਵੱਲੋਂ ਕੁਝ ਤਾਂ ਦੱਸ ਨੈਣ ਉਮਰ ਦਾ ਸੋਖਨਲ ਚੋਖੀ ਹੋਣੀ ਹੈ ਚੋਖੀ ਅੰਡਰਲਾਈਨ ਕਰੋ ਬੇਟਾ ਚੋਖੀ मींस ਕਾਫੀ ਜਾਂ 4 ਗੁਣਾ ਵੀ ਕਹਿ ਸਕਦੇ ਹਾਂ ਮੁੰਡੇ ਨੌਕਰ ਨੇ ਤੇ ਪਿਛਲੇ ਵਰੇ ਧੀ ਦਾ ਵਿਆਹ ਕੀਤਾ ਸੋ ਪਿਛਲੇ ਵਰੇ ਧੀ ਦਾ ਵਿਆਹ ਵੀ ਕੀਤਾ ਸੋ ਕੋਰਾ ਹੈ ਹੈ ਸ਼ੁਗਰੇ ਕਿਤੇ ਸ਼ਗਨ ਨਹੀਂ ਕੱਲ ਬੈਠੇ ਮੇਲੋ ਦੇ ਭਾਈਏ ਤਾਂ ਮੈਨੂੰ ਇਹ ਕੁਝ ਨਹੀਂ ਦੱਸਿਆ ਨੈਣ ਪਰ ਉੰਜ ਜੈਦਾਦ ਵਾਲਾ ਬੜਾਏ ਹੁਣ ਜਦੋਂ ਕੋਰਾ ਨੂੰ ਨੈਣ ਦੇ ਮੋਹੋਂ ਇਹ ਪਤਾ ਲੱਗਦਾ ਹੈ ਕਿ ਮੁੰਡਾ ਪਿੰਛਣ ਪੌਂਦਾ ਹੈ ਵਡੇਰੀ ਉਮਰ ਦਾ ਹੈ ਤਾਂ ਉਸ ਸਮੇਂ ਉਹ ਆਪਣੇ ਮਨ ਵਿੱਚ ਸ਼ੁਕਰ ਕਰਦੀ ਹੈ ਕਿ ਅਸੀਂ ਅਜੇ ਮੁੰਡੇ ਨੂੰ ਸਗਣ ਨਹੀਂ ਭੇਜਿਆ ਕੋਰਾ ਅਗਲਾ ਇਹੋ ਜਹੀ ਜਾਇਦਾਦ ਨੂੰ ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਭਈ ਏਡੀ ਵਡੇਰੀ ਉਮਰ ਉੱਤੇ ਹੁਣ ਇਹ ਵਿਆਹ ਕਿਉਂ ਕਰਦਾ ਹੈ ਉਹ ਤਾਂ ਅੱਗੇ ਹੀ ਧੀਆ ਪੁੱਤਰਾਂ ਧੀਆ ਵਾਲਾ ਏ ਹੁਣ ਕੋਰਾ ਜਿਹੜੀ ਐ ਨੈਣ ਨੂੰ ਕਹਿੰਦੀ ਐ ਕਿ ਜਿਹਦੇ ਅੱਗੇ ਹੀ ਉਹਦੇ ਦੋ ਮੁੰਡੇ ਇੱਕ ਕੁੜੀ ਐ ਕੁੜੀ ਵੀ ਉਸਨੇ ਵਿਆਹ ਦਿੱਤੀ ਹੋਈ ਐ ਤਾਂ ਹੁਣ ਉਸ ਨੂੰ ਇਹ ਅਜੇ ਹੀ ਉਮਰ ਵਿੱਚ ਆ ਕੇ ਵਿਆਹ ਕਰਾਉਂਦੀ ਕੀ ਲੋੜ ਐ ਨੈਣ ਬੇਬੇ ਗੱਲ ਹੋਰ ਏ ਹੁਣ ਤੇਰੇ ਕੋਲੋਂ ਕੀ ਲੁਕਾਏ ਜਦੋਂ ਪਿਛਲੀ ਵਾਰੀ ਮੈਂ ਪੇਕੇ ਗਈ ਸਾਂ ਤਾਂ ਆਪਣੇ ਲਾਲੇ ਦੀ ਜ਼ੁਬਾਨੀ ਸੁਣਿਆ ਸੀ ਉਹੋ ਉਥੇ ਆਉਂਦਾ ਜਾਂਦਾ ਰਹਿੰਦਾ ਏ ਪਿੰਡ ਲਾਗੇ ਜੁ ਹੋਇਆ ਆਖਦੇ ਨੇ ਕਿਤੇ ਪਿਓ ਪੁੱਤਰਾਂ ਵਿੱਚ ਬੋਲ ਬੁਲਾਰਾ ਹੋ ਗਿਆ ਤੇ ਵੱਡੇ ਪੁੱਤਰ ਨੇ ਬੋਲੀ ਮਾਰੀ ਭਈ ਚੰਗਾ ਹੁਣ ਹੋਰ ਕਿਹੜਾ ਜਾਇਦਾਦ ਵੰਡਾਉਣ ਵਾਲਾ ਜੰਮ ਪੈਣਾ ਏ ਪਿਓ ਨੂੰ ਇਸ ਗੰਨੂ ਗੱਜ ਚੜਿਆ ਤੇ ਉਹ ਹੁਣ ਜਿਹਦੇ ਚੜ ਕੇ ਵਿਆਹ ਕਰਨ ਲੱਗਾ ਏ ਭਈ ਛੇਤੀ ਨਾਲ ਸਾਰੀ ਤੇਨਾ ਸਾੰਬ ਲੈਣਗੇ ਇਹ ਤਾਂ ਸਾਰੀ ਗੱਲ ਜਿੱਦ ਦੀ ਏ ਹੁਣ ਬੇਟਾ ਲਾਲੇ ਅੰਡਰਲਾਈਨ ਕਰੋ ਪਾਵ ਦਾ ਮਤਲਬ ਹੈ ਪਿਤਾ ਬੋਲ ਬੁਲਾਰਾ ਲੜਾਈ ਝਗੜਾ ਬੋਲੀ ਮਾਰੀ ਗੱਲ ਕੀਤੀ ਗੱਚ ਗੁੱਸਾ ਜਿਦੇ ਅੜਿ ਹੁਣ ਬੇਟਾ ਕੋਰਾ ਨੈਣ ਜਿਹੜੀ ਹੈ ਕੋਰਾਂ ਨੂੰ ਦੱਸਦੀ ਹੈ ਕਿ ਬੇਬੇ ਗੱਲ ਤਾਂ ਕੋਈ ਹੋ ਰਹੀ ਹੈ ਤੇਰੇ ਤੋਂ ਮੈਂ ਕੋਈ ਵੀ ਲੁਕਾ ਨਹੀਂ ਰੱਖਣਾ ਚਾਹੁੰਦੀ ਥੋੜੀ ਦੇਰ ਜਾਂ ਪਿਛਲੇ ਹੀ ਸਮੇਂ ਮੈਂ ਪਿਛਲੇ ਹੀ ਵਾਰ ਮੈਂ ਆਪਣੇ ਜਦੋਂ ਪੇਕੇ ਗਈ ਸੀ ਤੇ ਮੈਂ ਆਪਣੇ ਪਿਤਾ ਦੇ ਮੂੰਹੋਂ ਸੁਣਿਆ ਸੀ ਕਿ ਉਹਨਾਂ ਦੋਵਾਂ ਪਿਓ ਪੁੱਤਰਾਂ ਵਿੱਚ ਬੋਲ ਬੁਲਾਰਾ ਕਿ ਜਿਹੜਾ ਉਹਨਾਂ ਨੇ ਮੇਲੋ ਲਈ ਰਿਸ਼ਤਾ ਲੱਭਿਆ ਉਸ ਮੁੰਡੇ ਤੇ ਉਹਦੇ ਪੁੱਤਰ ਵਿੱਚ ਬੋਲ ਬੁਲਾਰਾ ਹੋ ਗਿਆ ਸੀ ਤੇ ਵੱਡੇ ਪੁੱਤਰ ਨੇ ਉਹਨੂੰ ਬੋਲੀ ਮਾਰੀ ਸੀ ਕਿ ਹੁਣ ਕਿਹੜਾ ਜਾਇਦਾਦ ਵੰਡਾਉਣ ਵਾਲਾ ਜੰਮ ਪੈਣਾ ਹੈ ਤੇ ਹੁਣ ਉਹ ਪਿਓ ਨੂੰ ਇਸ ਗੱਲ ਦਾ ਹੀ ਗੁੱਸਾ ਚੜਿਆ ਹੈ ਤੇ ਜਿਸ ਕਰਕੇ ਉਹ ਅੜੀ ਵਿਚਾ ਕੇ ਦੁਬਾਰਾ ਵਿਆਹ ਫਿਰ ਤੋਂ ਵਿਆਹ ਕਰਵਾਉਣਾ ਚੁੰਦਾ ਹੈ ਇਹ ਸਾਰੀ ਗੱਲ ਸਿਰਫ ਜਿੱਦ ਦੀ ਏ ਕੋਰਾ ਉਂਗਲ ਮੂੰਹ ਵਿੱਚ ਪਾ ਕੇ ਤੇ ਸਿਰ ਹਲਾ ਕੇ ਹਾਏ ਹਾਏ ਬੁੱਢੇ ਵਾਰੇ ਮੱਤ ਮਾਰੀ ਗਈ ਢੋਲਾ ਝਾਟਾ ਤੇ ਆਟਾ ਖਰਾਬ ਪਰ ਰਾਣੀ ਇਹ ਗੱਲ ਹੈ ਸੱਚੀ ਅੰਡਰਲਾਈਨ ਕਰੋ ਬੇਟੇ ਢੋਲਾ ਝਾਟਾ ਤੇ ਆਟਾ ਖਰਾਬ ਇਹ ਅਖਾਨ ਹੈ ਇਸ ਦਾ ਭਾਵ ਹੈ ਕਿ ਵਡੇਰੀ ਉਮਰ ਵਿੱਚ ਮੱਤ ਮਾਰੇ ਜਾਣਾ ਭਾਵ ਕਿ ਬੁੱਢੇ ਵਾਰੇ ਮੱਤ ਮਾਰੀ ਜਾਣੀ ਹੁਣ ਕੋਰਾ ਨੂੰ ਇਸ ਗੱਲ ਦਾ ਯਕੀਨ ਨਹੀਂ ਆ ਰਿਹਾ ਪਰ ਜਦੋਂ ਨੈਣ ਉਸ ਨੂੰ ਦੱਸਦੀ ਹੈ ਤਾਂ ਉਹ ਕਹਿੰਦੀ ਹੈ ਕਿ ਇੰਨੀ ਬਢੇਰੀ ਉਮਰ ਵਿੱਚ ਆ ਕੇ ਉਸ ਦੀ ਮਤ ਮਾਰੀ ਗਈ ਹੈ ਇਹ ਗੱਲ ਸੱਚੀ ਤਾਂ ਹੈ ਕਿ ਨਹੀਂ ਨੈਣ ਬੇਬੇ ਕੀ ਕਹਿਵਾਂ ਸੱਚ ਕਿ ਝੂਠ ਸੁਣਨੇ ਵਿੱਚ ਇਸੇ ਤਰ੍ਹਾਂ ਆਈ ਏ ਕੋਰਾ ਠੀਕ ਹੋਣਾ ਏ ਠੀਕ ਹੋਣਾ ਏ ਖਲਕਤ ਐਵੇਂ ਨਹੀਂ ਲੈ ਉੱਡਦੀ ਖਲਕਤ ਭਾਵ ਦੁਨੀਆ ਹੁਣ ਉਹ ਆਪਸ ਵਿੱਚ ਗੱਲਾਂ ਕਰਦੀਆਂ ਨੇ ਸੱਚ ਹੈ ਕਿ ਝੂਠ ਹੈ ਪਰ ਉਹ ਕਹਿੰਦੀਆਂ ਹਨ ਕਿ ਦੁਨੀਆ ਐਵੇਂ ਨਹੀਂ ਕੋਈ ਗੱਲ ਕਰਦੀ ਕੋਈ ਗੱਲ ਹੋਵੇ ਤਾਂ ਹੀ ਗੱਲ ਨਿਕਲਦੀ ਹੈ ਨੈਣ ਬੇਬੇ ਸਭ ਕੁਝ ਸੰਜੋਗਾਂ ਦੇ ਵਾਸਤੇ ਬੰਦਾ ਕੀ ਕਰ ਸਕਦਾ ਹੈ ਅੱਛਾ ਮੈਂ ਹੁਣ ਚਲਣੀ ਆ ਅੱਜ ਅਜੇ ਮੈਂ ਬਹੁਤੀ ਕਰੀ ਜਾਣਾ ਏ ਕੋਰਾ ਹਾਏ ਜਾਨ ਬੜੀ ਦੁੱਖ ਦੇ ਮੂੰਹ ਆਈ ਏ ਅੰਡਰਲਾਈਨ ਕਰੋ ਜਾਨ ਬੜੀ ਦੁੱਖ ਦੇ ਮੂੰਹ ਆਈ ਏ ਭਾਵ ਕਿ ਕੋਰਾ ਬਹੁਤ ਦੁਖੀ ਹੈ ਹੁੰ ਬੇਟਾ ਨੈਣ ਜਿਹੜੀ ਹੈ ਉਹ ਕੋਰਾਂ ਨੂੰ ਕਹਿੰਦੀ ਹੈ ਕਿ ਸਭ ਸੰਜੋਗਾਂ ਦੀ ਗੱਲ ਹੈ ਜਿੱਥੇ ਪ੍ਰਮਾਤਮਾ ਨੇ ਜੋ ਕਰਨਾ ਹੈ ਉਹ ਉਹ ਹੀ ਜਾਣਾ ਹੈ ਇਸ ਲਈ ਉਹ ਉਸ ਨੂੰ ਕਹਿੰਦੀ ਹੈ ਕਿ ਹੁਣ ਉਸ ਨੂੰ ਜਾਣਾ ਚਾਹੀਦਾ ਹੈ ਕਿ ਉਸ ਨੇ ਹੋਰ ਵੀ ਕਈ ਘਰਾਂ ਵਿੱਚ ਪਾਜੀ ਵੰਡਣੀ ਹੈ ਨਾਓ ਨੈਕਸਟ ਪੇਜ ਨੈ ਨਹੀਂ ਬੇਬੇ ਐਡੀ ਕਾ ਬਰੰਦੀ ਕੀ ਲੋੜ ਹੈ ਵਾਰ ਹੋਰ ਬਥੇਰੇ ਕੁੜੀਆਂ ਵੀ ਕਦੀ ਕੁਵਾਰੀਆਂ ਰਹੀਆਂ ਨੇ ਉਹ ਨੈਣ ਉਸਨੂੰ ਹੌਸਲਾ ਦਿੰਦੀ ਐ ਕਿ ਬੇਬੇ ਤੈਨੂੰ ਘਬਰਉਣ ਦੀ ਕੋਈ ਲੋੜ ਨਹੀਂ ਮੁੰਡੇ ਹੋਰ ਬਥੇਲਾ ਬਜਾਂਗੇ ਕਦੇ ਕਿਸੇ ਦੀ ਕੁੜੀਆਂ ਵੀ ਕੁਵਾਰੀਆਂ ਰਹੀਆਂ ਨੇ ਤੁਰਨ ਲਈ ਉੱਠਦੀ ਹੈ ਕੋਰਾ ਉੱਠ ਕੇ ਤੇ ਨੈਣ ਦੇ ਕੋਲ ਜਾ ਕੇ ਵੇਖੇ ਨਾ ਰਾਣੀ ਸਾਡੇ ਤੁਹਾਡੇ ਲੋਕਾਂ ਦੇ ਪਰਦੇ ਇੱਕ ਹੁੰਦੇ ਨੇ ਵੇਖੀ ਅੱਗੋਂ ਨਾ ਗੱਲ ਕਰੀ ਕਿਤੇ ਨਹੀਂ ਤਾਂ ਸਾਰੇ ਉੱਡ ਜਾਏਗੀ ਤੇ ਇੱਜ਼ਤ ਲੱਖੀ ਤੇ ਹਜ਼ਾਰੀ ਹੱਥ ਨਹੀਂ ਆਉਂਦੀ ਹੁਣ ਬੇਟਾ ਇਥੇ ਵਰਡ ਹੈ ਲੱਖੀ ਥੱਥਾ ਕੱਟ ਕੇ ਅਸੀਂ ਖਖਾ ਲਿਖਾਂਗੇ ਇਹਨੂੰ ਰਾਈਟ ਕਰਾਂਗੇ ਠੀਕ ਹੈ ਇਸ ਦਾ ਭਾਵ ਹੈ ਕਿ ਇੱਜ਼ਤ ਲੱਖਾਂ ਹਜ਼ਾਰਾਂ ਰੁਪਏ ਨਾਲ ਨਹੀਂ ਖਰੀਦੀ ਜਾਂਦੀ ਇੱਜ਼ਤ ਨੂੰ ਬਣਾਉਣਾ ਪੈਂਦਾ ਹੈ ਇੱਜ਼ਤ ਨੂੰ ਕਮਾਉਣਾ ਪੈਂਦਾ ਹੈ ਠੀਕ ਹੈ ਤਸੱਲੀ ਹੌਸਲਾ ਹੁਣ ਜਦੋਂ ਨੈਣ ਉਹਨਾਂ ਦੇ ਘਰੋਂ ਜਾਂਦੀ ਹੈ ਦਾ ਕੋਰਾਂ ਦੇ ਮਨ ਵਿੱਚ ਇਹ ਤੋਖਲਾ ਹੁੰਦਾ ਹੈ ਚਿੰਤਾ ਹੁੰਦੀ ਹੈ ਕਿ ਕਿਤੇ ਇਹ ਕਿਸੇ ਨਾਲ ਸਾਡੇ ਘਰ ਦੀ ਗੱਲ ਨਾ ਕਰ ਦੇਵੇ ਤੇ ਉਸ ਨੂੰ ਕਹਿੰਦੀ ਹੈ ਤੁਹਾਡੇ ਤੁਹਾਡੇ ਲੋਕਾਂ ਦੇ ਪਰਦੇ ਇੱਕ ਹੁੰਦੇ ਨੇ ਭਾਵੇਂ ਲੋਕਾਂ ਦੇ ਘਰਾਂ ਦੇ ਕਈ ਪੇਟ ਹੁੰਦੇ ਨੇ ਤੂੰ ਅੱਗੇ ਕਿਸ ਨਾ ਇਹ ਗੱਲ ਨਾ ਕਰੀ ਜੇ ਕਿਸੇ ਨੂੰ ਇਹ ਗੱਲ ਪਤਾ ਲੱਗ ਗਈ ਕਿ ਜੇ ਬੰਦੇ ਦੀ ਇੱਜ਼ਤ ਇੱਕ ਵਾਰ ਚਲੀ ਜਾਵੇ ਤਾਂ ਉਸ ਨੂੰ ਦੁਬਾਰਾ ਬਣਾਉਣਾ ਬਹੁਤ ਹੀ ਔਖਾ ਕੰਮ ਹੁੰਦਾ ਹੈ ਕਿਉਂਕਿ ਇੱਜ਼ਤ ਲੱਖਾਂ ਹਜ਼ਾਰਾਂ ਵਰੇ ਲੱਗ ਜਾਂਦੇ ਹਨ ਬਣਾਉਣ ਲੱਗਿਆਂ ਨੈਣ ਨਹੀਂ ਬੇਬੇ ਤੂੰ ਤਸੱਲੀ ਰੱਖ ਉਹਨੂੰ ਕਹਿੰਦੀ ਹੈ ਨਹੀਂ ਬੇਬੇ ਤੂੰ ਹੌਸਲਾ ਰੱਖ ਅਸੀਂ ਇਹੋ ਜਿਹੇ ਲੋਕੀ ਨਹੀਂ ਸਾਨੂੰ ਸਾਰਿਆਂ ਦੀਆਂ ਗੱਲਾਂ ਦਾ ਪਤਾ ਏ ਜੇ ਐਦਾਂ ਅਸੀਂ ਦੱਸਦੇ ਫਿਰਿਏ ਤਾਂ ਗੁਜ਼ਾਰਾ ਕਿਦਾਂ ਚੱਲੇ ਉਹ ਉਸਨੂੰ ਹੌਸਲਾ ਦਿੰਦੀ ਹੈ ਕਿ ਨਹੀਂ ਬੇਬੇ ਮੈਂ ਅਜਿਹਾਂ ਕੰਮ ਨਹੀਂ ਕਰਾਂਗੀ ਕੋਰਾ ਅੱਛਾ ਰਾਣੀ ਚੇਤਾ ਰੱਖੀ ਭੁੱਲੀ ਨਾ ਨੈਣ ਤੂੰ ਜਰਾਂ ਵੀ ਤੋਖਲਾ ਨਾ ਕਰ ਨੈਣ ਚਲੀ ਜਾਂਦੀ ਹੈ ਕੋਰਾ ਵੇਖੋ ਕੋਈ ਕਰਮਾਂ ਦੀ ਗੱਲ ਜੇ ਜਿਹੜਾ ਢੋ ਬਣਾਉਣੇ ਆ ਉਹਦੇ ਵਿੱਚ ਹੀ ਕੋਈ ਵਿਗਨ ਪੈ ਜਾਂਦਾ ਹੈ ਬੜੇ ਵਕਤਾਂ ਨਾਲ ਕੁਝ ਸਬਬ ਬਣਿਆ ਸੀ ਸੋ ਇਹਦੇ ਤੋਂ ਵੀ ਖੱਟਾ ਹੋ ਗਿਆ ਸਗੋ ਉਲਟੀ ਚਿੰਤਾ ਚੰਬੜ ਗਈ ਅੰਡਰਲਾਈਨ ਕਰੋ ਚਿੰਤਾ ਚੰਬੜ ਗਈ ਭਾਵ ਫਿਕਰ ਲੱਗ ਗਿਆ ਇਹ ਪਾਈ ਪਈ ਜੇ ਨੈਣ ਨੇ ਕਿਤੇ ਅੱਗੇ ਗੱਲ ਕਰ ਦਿੱਤੀ ਤਾਂ ਸਾਰੇ ਉੱਡ ਜਾਊ ਕਰੋ ਖਾਲੀ ਨਹੀਂ ਸੀ ਜਾਣ ਦੇਣਾ ਚਾਹੀਦਾ ਅੱਛਾ ਹੁਣ ਜਾ ਕੇ ਕੁਝ ਦੇਉਣੀ ਹਾਂ ਸੰਦੂਕ ਖੋਲ ਕੇ ਉਹਦੇ ਵਿੱਚੋਂ ਇੱਕ ਚੁੰਨੀ ਕੱਢਦੀ ਏ ਤੇ ਥੋੜੇ ਜਿਹੇ ਚੋਲ ਉਹਦੇ ਲੜ ਬੰਨ ਲੈਂਦੀ ਹੈ ਲਾਜੋ ਤੂੰ ਇੱਥੇ ਰਹੁ ਜਦੋਂ ਤੇਰਾ ਭਾਈਆ ਆਵੇ ਤਾਂ ਉਹਨੂੰ ਕਹੀਂ ਪਈ ਮੈਂ ਹੁਣੇ ਹੀ ਆਉਣੀ ਆ ਹੁਣ ਬੇਟਾ ਨਾਨ ਜਦੋਂ ਤਲੀ ਚਲੀ ਜਾਂਦੀ ਹੈ ਤਾਂ ਕੋ ਨਾ ਆਪਣੇ ਮਨ ਵਿੱਚ ਸੋਚਦੀ ਹੈ ਕਿ ਪਹਿਲਾਂ ਤਾਂ ਰਿਸ਼ਤਾ ਨਹੀਂ ਸਿਲਪਦਾ ਜੇ ਹੁਣ ਰਿਸ਼ਤਾ ਮਿਲਿਆ ਹੈ ਤਾਂ ਸਿਗੋ ਉਲਟੀ ਹੀ ਚਿੰਤਾ ਚੰਬੜ ਗਈ ਹੈ ਉਸ ਨੂੰ ਇਹ ਵੀ ਚਿੰਤਾ ਸੀ ਕਿ ਕਿਤੇ ਨੈਣ ਉਸ ਤੇ ਘਰ ਦੀ ਗੱਲ ਕਿਸੇ ਹੋਰ ਨੂੰ ਨਾ ਦੱਸ ਦੇਵੇ ਕਿਉਂਕਿ ਜੇ ਇੱਕ ਵਾਰੀ ਗੱਲ ਫੈਲ ਗਈ ਤਾਂ ਫਿਰ ਅਸੀਂ ਕੀ ਕਰਾਂਗੇ ਹੁਣ ਉਹ ਸੋਚਦੀ ਹੈ ਕਿ ਉਹ ਨੈਣ ਨੂੰ ਘਰੋਂ ਖਾਲੀ ਨਾ ਜਾਣ ਦਿੰਦੀ ਇਸ ਲਈ ਸੰਦੂਕ ਵਿੱਚੋਂ ਇੱਕ ਚੁੰਨੀ ਕੱਢਦੀ ਹੈ ਉਹਦੇ ਲਾੜ ਵਿੱਚ ਥੋੜੇ ਜਿਹੀ ਚੋਲ ਬੰਨ ਲੈਂਦੀ ਹੈ ਤੇ ਆਪਣੀ ਧੀ ਲਾਜੋ ਨੂੰ ਕਹਿੰਦੀ ਹੈ ਕਿ ਮੈਂ ਹੁਣੇ ਆਉਣੀ ਆ ਤੇ ਜਦੋਂ ਤੇਰਾ ਭਾਈ ਆਵੇ ਤਾਂ ਤੂੰ ਉਹਨੂੰ ਦੱਸ ਦੇਣੀ ਲਾਜੋ ਨਾ ਨਾ ਮੈਂ ਨਾਲ ਚੱਲੂ ਮੈਂ ਕੱਲੀ ਨਹੀਂ ਬਹਿਣਾ ਇੱਥੇ ਕੋਰਾ ਮੈਂ ਆਈ ਕਿ ਆਈ ਤੂੰ ਬੈਠ ਇੱਥੇ ਚੱਲ ਉੱਥੋਂ ਚੀਜੀ ਲੈ ਤੇ ਨਾਲੇ ਗੁੱਡੀਆਂ ਨਾਲ ਖੇਡ ਲਾਜੋ ਚੀਜੀ ਵੱਲੋਂ ਖੁਸ਼ ਹੋ ਕੇ ਅੱਛਾ ਹੱਛਾ ਹੱਛਾ ਛੇਤੀ ਆਮੀ ਆਪਣੀਆਂ ਗੁੱਡੀਆਂ ਵੱਲ ਦੌੜ ਜਾਂਦੀ ਹੈ ਹੁਣ ਲਾਜੋ ਪਹਿਲਾਂ ਤਾਂ ਉਹਦੇ ਨਾਲ ਜਾਂਦੀ ਜਿੱਦ ਕਰਦੀ ਹੈ ਪਰ ਚੀਜੀ ਦੀ ਗੱਲ ਸੁਣ ਕੇ ਆਪਣੀ ਗੁੱਡੀਆਂ ਪਟੋਲਿਆਂ ਨਾਲ ਖੇਡਣਾ ਸ਼ੁਰੂ ਕਰ ਦਿੰਦੀ ਹੈ ਕੋਰਾ ਚਲੀ ਜਾਂਦੀ ਹੈ ਲਾਜੋ ਆਹਾ ਜੀ ਅਸੀਂ ਗੁੱਡੀਆਂ ਨੂੰ ਨਵੇਂ ਕੱਪੜੇ ਪਾਵਾਂਗੇ ਗੁੱਡੀਆਂ ਨੂੰ ਪੱਛੀ ਵਿੱਚੋਂ ਕੱਢਦੀ ਹੈ ਬਹਿ ਜਾ ਗੁੱਡੀ ਡਿੱਗ ਪੈਂਦੀ ਹੈ ਕਿਉਂ ਨਹੀਂ ਰੁੱਸ ਗਈ ਏ ਉਹਨੂੰ ਫੇਰ ਚੁੱਕ ਕੇ ਬੀ ਠਾਲਦੀ ਹੈ ਬਹਿ ਜਾ ਬਹਿ ਜਾ ਮੈਂ ਤੈਨੂੰ ਚੀਜੀ ਦਵਾਂਗੀ ਗੁੱਡੀ ਫੇਰ ਡਿੱਗ ਪੈਂਦੀ ਹੈ ਨੀ ਅਜੇ ਵੀ ਰੁੱਸੀ ਪਈ ਹੈ ਜਾਂ ਫਿਰ ਸਿੱਧਾ ਕੋ ਪਈ ਨਿੰਦਰ ਆਈ ਹੈ ਗੁੱਡੀ ਨੂੰ ਜ਼ਮੀਨ ਉੱਤੇ ਲਿਟਾ ਕੇ ਦੋਹਾਂ ਹੱਥਾਂ ਨਾਲ ਥਾਪੜਦੀ ਹੈ ਚੰਗਾ ਸੌ ਜਾ ਪਲਾ ਹੁਣ ਜਦੋਂ ਕੋਰਾ ਬੇਟੇ ਘਰੋਂ ਚਲੀ ਜਾਂਦੀ ਹੈ ਤਾਂ ਲਾਜੋ ਆਪਣੀਆਂ ਗੁੱਡੀਆਂ ਪਟੋਲਿਆਂ ਨਾਲ ਖੇਡਣਾ ਸ਼ੁਰੂ ਕਰ ਦਿੰਦੀ ਹੈ ਤੇ ਆਪਣੇ ਮਨ ਦੇ ਭਾਵ ਗੁੱਡੀਆਂ ਦੇ ਨਾਲ ਜ਼ਾਹਰ ਕਰਦੀ ਹੈ ਕਿ ਜਿਸ ਤਰ੍ਹਾਂ ਦਾ ਉਹਨਾਂ ਦੇ ਘਰ ਦਾ ਮਾਹੌਲ ਹੈ ਉਸੇ ਤਰ੍ਹਾਂ ਹੀ ਉਹ ਆਪਣੀ ਗੁੱਡੀਆਂ ਪਟੋਲਿਆਂ ਦੇ ਨਾਲ ਗੱਲਾਂ ਕਰਦੀ ਹੈ ਨਾਓ ਨੈਕਸਟ ਪੇਜ ਬੇਟਾ ਹੋਰ ਗੁੱਡੀ ਨੂੰ ਕੱਢ ਕੇ ਬਿਠਾਲਦੀ ਹੈ ਉਹ ਵੀ ਡਿੱਗ ਪੈਂਦੀ ਹੈ ਨੀ ਤੂੰ ਵੀ ਰੁੱਸ ਗਈ ਏ ਚੰਗਾ ਮੈਂ ਤੇਰਾ ਵਿਆਹ ਕਰ ਦੇਨੀ ਆ ਹੋ ਦੋ ਹੋਰ ਗੁੱਡੀਆਂ ਕੱਢ ਕੇ ਇੱਕ ਵੱਡੀ ਹੈ ਤੇ ਇੱਕ ਛੋਟੀ ਦੋਹਾਂ ਨੂੰ ਚੰਗੀ ਤਰ੍ਹਾਂ ਵੇਖ ਕੇ ਇਹਦੇ ਨਾਲ ਕਿ ਇਹਦੇ ਨਾਲ ਇਹਦੇ ਨਾਲ ਦੋਹਾਂ ਨੂੰ ਜ਼ਮੀਨ ਤੇ ਬਿਠਾਲ ਕੇ ਹੂੰ ਹੂੰ ਇਹ ਨਿੱਕੀ ਏ ਉਹਦੇ ਨਾਲ ਸਹੀ ਉਹ ਵੱਡੀ ਏ ਗੁੱਡੀਆਂ ਨੂੰ ਬਦਲ ਦਿੰਦੀ ਏ ਹੁਣ ਬੇਟਾ ਲਾਜੋ ਆਪਣੀ ਮਾਂ ਦੀ ਗੈਰ ਹਾਜ਼ਰੀ ਵਿੱਚ ਆਪਣੀ ਗੁੱਡੀਆਂ ਪਟੋਲਿਆਂ ਦੇ ਨਾਲ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਜ਼ਾਹਰ ਕਰਦੀ ਏ ਤੇ ਆਪਣੀਆਂ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਏ ਸੋ ਬੇਟਾ ਹੁਣ ਅਸੀਂ ਕੰਗੀ ਸੁਹਾਗ ਦਾ ਪੰਨਾ ਨੰਬਰ 11 12 ਅਤੇ 13 ਦੀ ਰੀਡਿੰਗ ਕੀਤੀ ਹੈ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਨੂੰ ਆਪਣੇ ਆਪ ਰੀਡ ਕਰੋਗੇ ਤਾਂ ਜੋ ਚੰਗੀ ਤਰ੍ਹਾਂ ਸਮਝ ਸਕੋ ਟੀਲ 뎀 ਗੁੱਡਬਾਈ